ਜਦੋਂ ਦੀਪ ਸਿੱਧੂ ਜਿਹੜਾ ਸੀ ਉਹ ਟੱਕਰ ਨਾਲ ਮਰ ਗਿਆ ਉਹਦਾ ਐਕਸੀਡੈਂਟ ਹੋ ਗਿਆ ਉਹ ਐਸਾ ਲੋਕਾਂ ਨੇ ਚੁੱਕ ਦਿੱਤਾ ਕਿ ਮਾਨ ਨੂੰ ਵੋਟਾਂ ਪਾਓ ਮਾਨ ਨੂੰ ਵੋਟਾਂ ਪਾਓ ਸਾਡੇ ਜਿਹੜੇ ਕੈਂਡੀਡੇਟ ਸੀ ਉਹ ਅੱਜ ਤੱਕ 200 ਤੋਂ ਵੱਧ ਵੋਟ ਨਹੀਂ ਲੈ ਸਕਿਆ ਇਹ ਪਹਿਲੀ ਵਾਰੀ ਹੋਇਆ ਕਿ 7600 ਤੋਂ ਵੱਧ ਵੋਟਾਂ ਜਿਹੜੀਆਂ ਸੀ ਉਹਨੂੰ ਪੈ ਗਈਆਂ ਕਿਹਨਾਂ ਦੀਆਂ ਸਾਰੀ ਮੇਰੀ ਵੋਟ ਜੋ ਅਕਾਲੀ ਵੋਟ ਸੀ ਉਹਦੇ ਚੱਕੇ ਸੋ ਇਹ ਜਜ਼ਬਤੀ ਲੋਕਾਂ ਦੀ ਗੱਲ ਸੀ ਕਿਸੇ ਵੇਲੇ ਹਵਾ ਹੀ ਤੇ ਨਿਹਰੀ ਜੀ ਆ ਜਾਂਦੀ ਹੈ ਜਿਹੜੀ ਆਪ ਦੀ ਵੋਟ ਸੀ ਉਹ ਵੀ ਜਿੱਥੇ ਕਦੀ ਅਸੀਂ ਸੋਚਿਆ ਨਹੀਂ ਸੀ 200 ਵੋਟ ਜਾਏਗੀ ਕਿ ਫੈਕਟਰ ਹੈ ਜਿੱਥੇ ਪੂਰੇ ਪੰਜਾਬ 'ਚ ਸੁਨਾਮੀ ਸੀ ਆਪ ਦੀ ਉੱਥੇ ਖੈਰਾ ਜਿਹੜੇ ਨੇ ਕਾਂਗਰਸ ਨੂੰ ਸੀਟ ਕੱਢ ਜਾਂਦੇ ਨੇ ਨਹੀਂ ਫਿਰ ਦੱਸੋ ਕਿ ਸਾਡੇ ਬਾਹਰ ਬੁੰਡੇ ਜ਼ਿਆਦਾ ਖਾਸ ਕਰਕੇ ਜਿਹੜੇ ਮੇਰੇ ਭੈਣ ਭਰਾ ਲਾ ਲਓ ਸਾਡੀ ਬੈਟ ਲਾ ਲਓ ਜਿਹੜੀ ਐਨਰੀ ਬੈਟ ਜ਼ਿਆਦਾ ਉਹ ਬੱਚੇ ਬਾਹਰ ਬਹੁਤ ਹੈ ਉਹਨਾਂ ਨੇ ਮਾਨ ਸਾਹਿਬ ਦੇ ਕੋਲੋਂ ਚਿੱਠੀਆਂ ਲੈ ਲੈ ਕੇ ਜਾ ਕੇ ਤੇ ਉਥੇ ਪੋਲੀਟੀਕਲ ਜਿੱਦਾ ਅਸਾਈਨਮੈਂਟ ਲਈ ਉਥੇ ਪੱਕੇ ਹੋ ਗਏ ਉਹ ਭਾਵੇਂ ਉਹ ਪੈਸੇ ਦੇ ਕੇ ਲੈ ਕੇ ਜਾਂਦੇ ਪਰ ਉਹਨਾਂ ਦੇ ਮਨ ਚ ਕੋਈ ਸੀ ਪਰਵਾਰ ਨੂੰ ਕਹਿੰਦਾ ਸੀ ਪੱਕੇ ਹੋਏ ਆ ਇਸ ਕਰਕੇ ਵੋਟ ਹੀ ਰੰਪ ਠੀਕ ਹੈ ਅਰ ਅੱਜ ਕੀ ਐਨਾਲਿਸਿਸ ਕੀ ਹੋਇਆ ਅੱਜ ਐਨਾਲਿਸਿਸ ਕੀ ਹੋਇਆ ਬੀ